ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ? ਲਓ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਠੰਡ ਬਾਹਲੀ ਹੋਈ ਹੋ ਆ ਭਾਈ, ਸਾਰੇ ਜਣੇ ਆਪਣਾ ਖਿਆਲ ਰੱਖਿਆ ਕਰੋ, ਠੀਕ ਆ। ਅਤੇ ਹੁਣ ਪਹਿਲਾਂ ਆਪਾਂ ਸ਼ਹਿਰ ਚੱਲੇ ਹਾਂ, ਅਤੇ ਫਿਰ ਕਰਦੇ ਹਾਂ ਕੰਟੀਨਿਊ ਬਲੌਗ ਅੱਗੇ, ਦੇਖਦੇ ਹਾਂ ਕੀ ਬਣਦਾ। ਚਲੋ, ਉਹ ਮੈਨੂੰ ਮੈਂ ਕਮੈਂਟ ਆਇਆ ਸੀਗਾ, ਨਨਾਣ ਭਲਜਾਈ ਖਰਚਾ ਕਰੀ ਜਾਣੀ, ਉਸ ਗੱਲ 'ਤੇ ਹੱਸਣ ਲੱਗੀਆਂ। ਮੰਮੀ ਕਹਿੰਦੀ ਆਹੋ ਤੁਸੀਂ ਹੈਗੇ ਖਰਚਾ ਕਰਦੀਆਂ ਸਿੱਧਾ ਹੀ। ਕਹਿੰਦੇ ਨਨਾਣ ਭਰਜਾਈ ਖਰਚਾ ਕਰੀ ਜਾਣੀ ਹੈ। ਬਾਲ ਲੱਭਦੇ ਆ। ਚੱਲ ਜਹਾ ਫੇ, ਗੇਟ ਖੋਲ ਕਪਤਾਨ ਨੂੰ, ਅੰਦਰ ਉਹ ਮਜੂ ਨੂੰ ਆ ਜਾਵੇ। ਉਹ ਆ ਪੁੱਜ ਵੀ ਗਿਆ ਉਹਦੇ, ਉਹ ਛੋਲੇ ਖਾਂਦੇ ਜਿਹੜੇ ਕੱਲ ਡਿੱਗ ਗਏ। ਛੋਲੇ ਡਿੱਗ ਗਏ, ਚਾਰ ਕੋ ਚੁੱਕ ਗਿਆ ਸਾਰੀ। ਮਜਨੂੰ, ਚਲੋ ਇਹਨੇ ਮੈਂ ਨਾਉਣਾ ਹੀ ਆ ਰੋਜ਼ ਇੱਕ ਵਾਰੀ। ਇੱਕ ਸਵਾਰੀ ਲੱਗੇ ਲਾਉਣ ਅਸੀਂ, ਚੱਲ ਉੱਤਰ ਥੱਲੇ ਜੋ ਗੱਡੀ ਅੱਗੇ ਲੋਡ ਬਹੁਤ ਮੰਗਦੀ ਆ। ਚੱਲ ਜਾ, ਓਕੇ ਠੀਕ ਆ। ਹਾਂ ਚੱਲ ਜਾ। ਚੱਲ ਜਾ, ਓਕੇ ਬਾਏ। ਇੱਕ ਬੰਦਾ ਹੀ ਲਾ ਚੱਲੇ ਸੀ ਸਲੂਨ ਤੇ, ਅੱਜ ਇਹ ਆਪਣਾ ਕੰਮ ਕਰਾਊਗਾ, ਕੰਮ ਬਹੁਤ ਐਂਗੇਜਮੈਂਟ ਲੱਗ ਗਿਆ, ਤੇ ਦੇਖਦੇ ਹਾਂ ਕੀ ਬਣਦਾ। ਚੰਗਾ ਬਾਏ, ਮਿਸ ਯੂ ਟੂ, ਬਾਏ ਬਾਏ। ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ, ਅੱਜ ਦਾ ਵਲੌਗ ਸਟਾਰਟ ਹੋ ਚੁੱਕਾ ਆ। ਉਹ ਬੱਲੇ, ਆਪਾਂ ਤਿਆਰ ਆ, ਦੋਨੇ ਨਹੀਂ ਹੁੰਦੇ। ਓਏ ਹਾਏ ਹਾਏ, ਸ਼ੁਕਰ ਤੁਸੀਂ ਕਮੈਂਟ ਕੀਤਾ ਆ ਕੇ। ਤੁਸੀਂ ਤਿਆਰ ਆ? ਵਾਹ, ਸੂਟ ਦੇਖੋ ਮੰਮੀ ਦਾ, ਏਦਾਂ ਜਾਂਦੇ ਫਿਰ ਮੰਮੀ ਜੋ ਲੁਧਿਆਣੇ ਜਾਣਾ ਹੁੰਦਾ ਸ਼ੋਪਿੰਗ ਮੂਡ 'ਚ। ਓ ਮਾਈ ਗੋਡ, ਫੋਨ ਪਾ ਕੇ ਜੇਬ 'ਚ ਕੋਟੀ ਦੇ। ਤੂੰ ਤਾਂ ਮੰਮੀ ਲੱਗਦੀ ਡੀਲਰ ਹੁੰਦੀ, ਬਹੁਤ ਤਗੜੀ ਪ੍ਰੋਪਰਟੀ ਡੀਲਰ। ਏਦਾਂ ਜਾਂਦੀ ਮੰਮੀ ਪ੍ਰੋਪਰਟੀ ਡੀਲਰ ਬਣ ਕੇ। ਅੱਜ ਲੁਧਿਆਣੇ ਡੀਲਿੰਗ ਆ ਨਾ ਆਪਣੀ, ਇਹਦਾ ਹਾਈਵੇ ਦੇ ਉੱਪਰ ਜਿੰਨੇ ਖੇਤ ਸਾਰੇ ਮੰਮੀ ਕਹਿੰਦੇ ਅੱਜ ਬਾਏ ਕਰਨੇ ਜੋ ਮਰਜ਼ੀ ਹੋ ਸ਼ਾਮ ਤੱਕ। ਤਾਂ ਫਿਰ ਮੈਂ ਸਾਜਰੇ ਰੈਡੀ ਹੋ ਗਿਆ ਅੱਜ, ਮੈਂ ਕਿਹਾ ਚੱਲ ਮੰਮੀ ਨੂੰ ਲੈ ਜਾਵਾਂ ਨਾਲ, ਮੰਮੀ ਨੂੰ ਛੇਤੀ ਡੀ, ਕਿਉਂਕਿ ਪੈਸੇ ਬਹੁਤ ਨੇ ਮੰਮੀ ਕੋਲ। ਗੱਲ ਇਹ ਆਵੇ, ਜਦੋਂ ਪੈਸਾ ਜ਼ਿਆਦਾ ਹੋਵੇ ਫਿਰ ਮੰਮੀ ਇੱਦਾਂ ਪ੍ਰੋਪਰਟੀਆਂ 'ਚ ਸਾਰਾ ਖਰਾਬ ਕਰਦੀ ਆ, ਇੱਦਾਂ ਹੀ ਨਾ ਪ੍ਰੋਪਰਟੀਆਂ ਬਹੁਤ ਬਣਾਉਂਦੀ ਮੰਮੀ ਇੱਦਾਂ ਆ। ਚਲੋ ਡੈਡੀ ਚਲ ਗਏ, ਓਕੇ ਚਲੋ। ਹੋਏ ਡੈਡੀ ਆਪਣੇ ਲਈ ਕੁੜਤੇ ਪਜਾਮੇ ਜਿਹੜੇ ਚਾਹੀਦੇ ਹੁਣ ਥੋੜ੍ਹੇ ਜਿਹੇ, ਅਤੇ ਉਹ ਸਮਾਉਂਦੇ ਪਏ। ਅਸੀਂ ਤਾਂ ਕਹੀਏ ਵੀ ਜ਼ਿਆਦਾ ਕੋਟ ਪੈਂਟ ਵਗੈਰਾ ਜਾਂ ਇੱਦਾਂ ਦਾ ਕੁਛ ਪਾਉਣਾ, ਡੈਡੀ ਕਹਿੰਦੇ ਮੈਂ ਇੰਗੇਜਮੈਂਟ 'ਤੇ ਤਾਂ ਕੁੜਤਾ ਪਜਾਮਾ ਵਗੈਰਾ ਹੀ ਪਾਉਣਾ ਆ। ਸੋ ਜੇ ਕੁੜਤਾ ਪਜਾਮਾ ਵਗੈਰਾ ਜਿਹੜੇ ਬਣਨੇ ਉਹ ਸੀਣ ਦੇਣਗੇ ਆ, ਅਤੇ ਉਸ ਤੋਂ ਬਾਅਦ ਡੈਡੀ ਨੇ ਗੁਰਦੁਆਰੇ ਜਾਣਾ, ਅਤੇ ਅਸੀਂ ਚੱਲੇ ਹੈਗੇ ਲੁਧਿਆਣੇ, ਠੀਕ ਆ। ਅਤੇ ਅੱਜ ਮੇਰੇ ਤਾਇਆ ਜੀ ਦੇ ਮੁੰਡੇ ਨੇ ਵੀ ਆਉਣਾ ਆ ਇੱਥੇ, ਮਤਲਬ ਆਪਣੀ ਫੈਮਿਲੀ ਜਿਹੜੀ ਜੁਆਇੰਟ ਫੈਮਿਲੀ ਤੁਹਾਨੂੰ ਦੱਸਿਆ ਸੀਗਾ, ਅੱਜ ਸਾਰਿਆਂ ਨੇ ਸ਼ਾਮ ਨੂੰ ਆਉਣਾ ਆ, ਅਤੇ ਤੁਹਾਨੂੰ ਵੀ ਮਿਲਾਵਾਂਗੇ ਜਦ ਤੱਕ ਜੀ ਅਸੀਂ ਆ ਗਏ, ਠੀਕ ਹੈ ਨਾ? ਡੈਡੀ ਜਦ ਤੱਕ ਸਾਂਭੂਗੇ ਫਿਰ। ਹਾਂਜੀ, ਓਏ ਹੋਏ 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 ਹੋਏ, ਆਹ ਦੇ ਵੋਲਟ ਮੀਟਰ ਵੀ ਖਾ ਲਿਆ ਮੰਮੀ। ਅੱਛਾ, ਬੜੀ ਗੱਲ ਕਿ ਡੈਡੀ ਕਹਿੰਦੇ ਫੱਟੀਆਂ ਨਹੀਂ ਤੇ ਰੱਖਿਆ ਸੀਗਾ, ਪਰ ਇਹ ਨੂੰ ਰੰਗ ਨਹੀਂ ਕੀਤਾ, ਇਹ ਗਾ ਰਹਿ ਗਿਆ। ਇਹ ਡੈਡੀ ਆਪ ਹੀ ਲਾ ਕੇ ਸੈੱਟ ਕਰਕੇ, ਆਪ ਹੀ ਸੈੱਟ ਕਰਕੇ ਇਹ ਪਹਿਲਾਂ ਬੈਲਟ ਕਰਾ ਕੇ ਲਿਆਂਦਾ ਉਹ ਜਾਨਾ। ਅੱਛਾ, ਉਹੀ ਲੈ ਕੇ ਆਇਆ। ਚਲੋ, ਬੱਚੇ ਆਵਾਜ਼ ਕਿੰਨੀ ਗੂੰਜਦੀ ਆ। ਤੇ ਇੱਥੇ ਵੀ ਬਸ ਹੁਣ ਆ ਕੇ ਅਸੀਂ ਅੱਜ ਕੱਲ ਦੇ ਵਿੱਚ ਇੱਥੇ ਉਹ ਡਾਈਨਿੰਗ ਸੈੱਟ ਰੱਖਣਾ ਹੈ ਮੰਮੀ। ਮੈਂ ਕਹਿੰਦਾ ਡਾਈਨਿੰਗ ਸੈੱਟ ਵਾਲਾ ਸੋਫਾ ਸੈੱਟ ਰੱਖਦੇ ਆ ਵੱਡਾ, ਏਦਾਂ ਗੋਲ ਜਿਹੜਾ ਹੁੰਦਾ, ਪਤਾ ਕਿਉਂ? ਨਾਲੇ ਰੋਟੀ ਖਾਣ ਨੂੰ ਪੈਂਦੇ, ਨਾਲੇ ਬੰਦੇ ਬੈਠੇ ਰਿਹਾ ਕਰੂਗੇ, ਉਹ ਕੁਰਸੀਆਂ ਦੇ ਬੈਠੇ ਚੰਗੇ ਨਹੀਂ ਲੱਗਣੇ ਗੱਲਾਂ ਗੁੱਲਾਂ ਮਾਰਦੇ। ਤੇ ਉਹਦੇ ਨਾਲ ਜਦੋਂ ਅੰਦਰ ਪਿਆ ਆਪਣੇ, ਉਹਦੇ ਨਾਲ ਐਨ ਗੋਲ ਆਵੇ ਪੂਰਾ, ਤੇ ਫਿਰ ਦੇਖਦੇ ਆ ਕੀ ਬਣਦਾ ਕੁਛ ਏਦਾਂ ਦਾ। ਅੱਛਾ ਜੀ, ਉੱਥੇ ਬੀਬੀਆਂ ਨੇ ਬੈਠਣਾ ਨਾ ਵਿਆਹ 'ਚ, ਬੀਬੀਆਂ ਅੰਦਰ ਆ ਬੰਦੇ ਬਾਹਰ ਆ,
ਉਹ ਹਿਸਾਬ ਨਾਲ ਤੁਹਾਨੂੰ ਪਤਾ ਹੀ ਆ ਇਹੀ ਹਿਸਾਬ ਕਿਤਾ ਉਹ ਆ ਜਾਓ ਹੁਣ ਮੰਮੀ ਨਿਕਲਦੀ ਹੈ ਯਾਰ ਲੈ ਤੇਰੇ ਤਾਂ ਪੂਰੇ ਦਬਕੇ ਨਾ ਜਾਣ ਉਹ ਆ ਜਾਓ ਉਹ ਦਬਕਾ ਮਾਰ ਚੰਗੀ ਤਰ੍ਹਾਂ ਤੇਰਾ ਡਰੇ ਹੈ ਨੀ ਮੰਮੀ ਉਹਨਾਂ ਨੂੰ ਮੈਂ ਹੀ ਇੱਕ ਡਰਦਾ ਤੇਰੇ ਕੋਲੋਂ ਬਸ ਤੂੰ ਵੀ ਨਹੀਂ ਡਰਦਾ ਡੁਰਦਾ ਹੈਗਾ ਉਹ ਮੈਨੂੰ ਲੈ ਦੱਸ ਮੇਰੇ ਜਿੰਨੇ ਕੌਣ ਡਰਦਾ ਤਿਆਰ ਹੋ ਜਾ ਅੱਜ ਹੋ ਗਿਆ ਕਿਤੇ ਕਿਆ ਮਤਲਬ ਮੈਂ ਮੇਰੇ ਰੋਜ਼ ਤਿਆਰ ਹੁੰਦਾ ਹੋ ਜੰਨਾ ਕਿਤੇ ਕਹਿ ਬੰਨਾ ਹੋਰ ਮੈਂ ਹੀ ਇੱਕ ਮੰਮੀ ਤੂੰ ਤਾਂ ਡਰਦਾ ਪੂਰੇ ਘਰ 'ਚ ਕੋਈ ਨਹੀਂ ਡਰਦਾ ਤੂੰ ਦੇਖ ਲੈ ਤੇਰਾ ਡਰੇ ਹੈ ਨਹੀਂ ਹਜੇ ਵੀ ਨਿਕਲੀ ਆ ਮਾਰ ਦਬਕਾ ਇਹ ਕੁੜੀਓ ਆਵਾਜ਼ ਬੋ ਆ ਤੇਰੇ ਮੈਨੂੰ ਮਸੀ ਸੁਣਿਆ ਇੱਥੇ ਤੱਕ ਉੱਚੀ ਤਾਂ ਨਹੀਂ ਮਾਰਿਆ ਕਰਤਾ ਹੋਰ ਤੇ ਕੁੜੀਓ ਆਵਾਜ਼ ਬੋ ਓ ਇਦਾਂ ਉਹ ਆਉਂਦੀਆਂ ਕਿ ਨਹੀਂ ਐਦਾਂ ਬੁਲਾਈਦਾ ਹੁੰਦਾ ਚਲੋ ਬਾਕੀ ਵੇਟ ਕਰਦੇ ਆ ਤੇ ਹੁਣ ਆਪਾਂ ਨਿਕਲਣ ਲੱਗੇ ਲੁਧਿਆਣੇ ਨੂੰ ਤੇ ਫਿਰ ਬਾਕੀ ਕਰਦੇ ਬਲੌਗ ਕੰਟੀਨਿਊ ਉਹ ਆ ਜਾਓ ਯਾਰ ਟੱਪੇ ਗਏ ਸੀ ਤਿੰਨ ਹੈਲੋ ਏ ਆ ਜਾ ਹਰੇ ਰੰਗ ਦੀ ਤੂੰ ਕੋਟੀ ਪਾ ਕੇ ਖੜੀ ਵਧੀਆ ਟੁੱਟੇ ਨੀ ਮੰਮੀ ਔਰ ਆਵੇ ਮਾਰਿਆ ਮੈਂ ਤੇਰਾ ਕੀ ਤੋੜਿਆ ਮੁੱਕਾ ਮਾਰੋ ਮੇਰੇ ਮੁੱਕਾ ਮਾਰਨ ਲੱਗੀ ਨੇ ਅਲਮਾਰੀ 'ਚ ਹੱਥ ਮਾਰ ਲਿਆ ਉਹ 'ਚ ਵੀ ਮੇਰੀ ਗਲਤੀ ਹੈ ਜੇ ਮੇਰੇ ਮਾਰਨ ਲੱਗੀ ਸੀ ਇਹ ਆ ਜਾਓ ਆ ਜਾਓ ਇੱਕ ਉਹ ਦੇ ਭਲਵਾਨ ਜਿਹਾ ਨਹੀਂ ਸਾਡਾ ਰੈਡੀ ਹੁੰਦਾ ਦੂਜੀ ਆਹ ਰੈਡੀ ਹੁੰਦੀ ਆਹੋ ਆਹ ਮੰਮੀ ਦੇ ਜਿਹੜੇ ਟੋਪਸ ਨਹੀਂ ਪਾਏ ਸੀਗੇ ਅਤੇ ਗਿਫਟ ਕੀਤੇ ਸੀ ਨੇ ਆਪੇ ਲਾ ਲਏ ਮੰਮੀ ਤਾਂ ਹੁਣ ਕਹਿੰਦੀ ਮੈਨੂੰ ਦੇ ਦਿਓ ਬਹੁਤ ਟਾਈਮ ਹੋ ਗਿਆ ਤੁਹਾਨੂੰ ਪਾਇਆ ਨੂੰ ਇੰਨੀ ਸ਼ਤਾਨ ਆ ਇੱਦਾਂ ਨਹੀਂ ਕਹਿੰਦੇ ਜਾਂ ਗਿਫਟ ਦਿਓ ਨਾ ਅਤੇ ਜਾਂ ਵਾਪਸ ਲਓ ਨਾ ਝੂਠ ਬੋਲਦੀ ਆ ਝੂਠ ਬੋਲਦੀ ਸਵੇਰੇ ਬਹੁਤ ਲੜੀ ਮੰਮੀ ਨਾਲ ਕਹਿੰਦੀ ਮੰਮੀ ਮੇਰੀ ਤਾਂ ਨਿਗਾਹ ਤੁਹਾਡੇ ਟੋਪਸਾਂ 'ਤੇ ਹੀ ਆ ਮੈਨੂੰ ਟੋਪਸ ਚਾਹੀਦੇ ਆ ਅਤੇ ਲੜ ਲੜ ਕੇ ਮੰਮੀ ਕੋਲ ਨੇ ਟੋਪਸ ਲੈ ਲਏ ਆ ਮੰਮੀ ਵਿਚਾਰੀ ਸਾਡੀ ਭੋਲੀ ਕਹਿੰਦੀ ਕੋਈ ਨਹੀਂ ਲੈ ਲਾ ਪੁੱਤ ਤੇਰੇ ਹੀ ਆ ਕੀ ਕਰਨਾ ਇੱਦਾਂ ਨਹੀਂ ਕਹੀ ਮੰਮੀ ਨੇ ਕੀ ਕਹੀ ਆਪਣੀ ਖੁਸ਼ੀ ਨਾਲ ਦਿੱਤੇ ਆ ਕਹਿ ਰਹੇ ਨੇ ਆਪਣੇ ਲਾ ਕੇ ਮੰਮੀ ਦੇ ਪਾਤੇ ਮੰਮੀ ਦੇ ਲਾ ਕੇ ਇੱਧਰ ਕਿਉਂਕਿ ਮੰਮੀ ਦੇ ਕੰਨ ਲੰਬ ਕਰਦੇ ਨੇ ਇਹਨੇ ਜ਼ਿਆਦਾ ਲੰਬ ਪੈਣ ਲੱਗ ਗਿਆ ਅਤੇ ਉਹਦੇ ਕਰਕੇ ਫਿਰ ਮੰਮੀ ਕਹਿੰਦੇ ਚੇਂਜ ਕਰ ਲੈਂਦੇ ਆ ਆਹ ਚੀਜ਼ ਆ ਚਲੀਏ ਹੁਣ ਅਤੇ ਮੈਂ ਹਜੇ ਜਾਣੀਆਂ ਨੇ ਵਾਲ ਮਾਝੇ ਠੀਕ ਕਰਾਉਣੇ ਆ ਕਿਉਂਕਿ ਆਪ ਹੁੰਦੇ ਨਹੀਂ ਵੱਡੇ ਵਾਲ ਆ ਅਤੇ ਹੁਣ ਬਸ ਰਿਬੋਨਡਿੰਗ ਕਰਾਉਣੀ ਥੋੜ੍ਹੇ ਦਿਨਾਂ ਦੇ ਉਹਦੇ ਕਰਕੇ ਫਿਰ ਇੱਦਾਂ ਹੀ ਆ ਤੂੰ ਕਿਉਂ ਦੇਖ ਰਹੀ ਹੈ ਹੈਲੋ ਸਮਝ ਗਈ ਕੀ ਕਿਹਾ ਗੱਡੀ 'ਚ ਬੈਠ ਦਰਵਾਜ਼ਾ ਬੰਦ ਕਰ ਚੁੱਪ ਕਰਕੇ ਬਹਿ ਚੱਲ ਤੈਨੂੰ ਇਹਨੇ ਤਾਂ ਤੈਨੂੰ ਵਿਗਾੜਿਆ ਇਹਨੇ ਤਾਂ ਤੈਨੂੰ ਵਿਗਾੜਿਆ ਤੈਨੂੰ ਦੱਸਾਂ ਮੈਂ ਸਾਰੀ ਨੂੰ ਹੋਰ ਚੰਗਾ ਇਹ ਲੱਗੀ ਉਹਨੂੰ ਵੀ ਲਾਤਾ ਆਪਣੇ ਵਰਗੀ ਬਣਾ ਕੇ ਰੱਖਿਆ ਨਾਲ ਭੇੜ ਜਿਹੀ ਚਲੋ ਸਹੀ ਆ ਚਲੀਏ ਮੰਮੀ ਦੇਖ ਮੰਮੀ ਵੀ ਤੇਨਾ ਲੜੀ ਆ ਕਰਨ ਸਵੇਰੇ ਤੇਨਾ ਲੜੀ ਨਹੀਂ ਕਰਨ ਕਰਨ ਲੜੀ ਆ ਤੇ ਬਦਲੇ ਮੈਨੂੰ ਇਹ ਸੈੱਟ ਆ ਉਹਨੂੰ ਇਹ ਸੈੱਟ ਆ ਨਾ ਆਈਆਂ ਜੱਫੀਆਂ ਨੂੰ ਪਾਇਆ ਕਰ ਤੈਨੂੰ ਦੱਸਾਂ ਮੈਂ ਐ ਤੇਰੀਆਂ ਚੈਨਾ ਚੂਨਾ ਵੀ ਲਾ ਲੈਣੀਆਂ ਚੋਰ ਨਹੀਂ ਇਹ ਇਹਦਾ ਹੀ ਆ ਸਾਰਾ ਹਲਕੀ ਆ ਲੈ ਲਓ ਮੈਂ ਇਹਨੇ ਦਿੱਤੇ ਸੀ ਨਾ ਗਿਫਟ ਕੀਤੇ ਸੀ ਮੈਂ ਦੱਸਦਾ ਸਾਰਿਆਂ ਨੂੰ ਮੈਂ ਕਿਹਾ ਸਵੇਰੇ ਲੜ ਕੇ ਖਿਲਾਏ ਨੇ ਹਾਏ ਭੇੜ ਜੀ ਚਲੋ ਚਲੀਏ ਚਲੀਏ ਭੇੜ ਜੀ ਚਲੋ ਸਹੀ ਆ ਆਹੋ ਲੱਗਾ 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 ਆ ਜਾਓ ਅਜੋ ਟਰੰਕ ਲੱਗਾ ਇਹ ਟਰੰਕ ਕਹਿੰਦੀ ਡਿੱਗੀ ਨੂੰ ਚਲੋ ਸਹੀ ਆ ਚਲੀਏ ਤੇ ਫਿਰ ਦੇਖਿਆ ਕੀ ਬਣਦਾ ਚਲੋ ਇੱਕ ਛੋਟਾ ਪੈਰ ਇੱਕ ਵੱਡਾ ਪੈਰ ਟਾਈਮ 11 ਵਜੇ ਗਿਆ ਹਾਂ ਦਾ ਟਾਈਮ ਨਾਲ ਸਾਡੀ ਇੰਨੀ ਕੀ ਯਾਰੀ ਆ ਨਾ ਜੇ ਸਾਨੂੰ ਕਿਤੇ ਵਰਲਡ ਰਿਕਾਰਡ ਮਿਲਿਆ ਕਰਨ ਜੇ ਸਾਨੂੰ ਇੱਕ ਗੱਲ ਸੁਣ ਜੇ ਸਾਨੂੰ ਵਰਲਡ ਰਿਕਾਰਡ ਹੀ ਮਿਲਿਆ ਮੈਨੂੰ ਵੀ ਪਤਾ ਪੂਰੇ 11 ਵਜੇ ਮਿਲਣਾ ਆਪਾਂ ਨੂੰ ਇਹ ਸਾਡਾ ਪਤਾ ਹੀ ਟਾਰਗੇਟ ਆ ਇੱਥੇ ਵੀ 11 ਵਜੇ ਤੋਂ ਬਿਨਾਂ ਟੁੱਟਦਾ ਹੀ ਨਹੀਂ ਕੰਮ ਰੋਜ਼ ਦਾ ਏ ਆ ਜਾ ਬਹਿ ਜਾ ਪਿੰਨੀਏ ਪਿੰਨੀ ਵਰਗੀ ਹੋਈ ਪਈ ਪਿੰਨੀਆਂ ਖਾ ਖਾ ਕੇ ਹੋਰ ਮੈਂ ਜਿਹਨੂੰ ਕੋਈ
ਆ ਕੱਦੂ ਜਿਹਾ ਗੱਡੀ ਪਾਰਕ ਗੱਡੀ ਪਾਰਕ ਕਰ ਦਿੱਤੀ। ਕਿੱਦਾਂ ਠੀਕ ਠਾਕ ਪ੍ਰਧਾਨ ਜੀ? ਓਕੇ ਰਿਪੋਰਟ ਦੇਖ ਲਾ ਕਰਨ। ਲੁਧਿਆਣੇ ਸ਼ਹਿਰ ਆ ਕੇ ਏਦਾਂ ਹੋ ਜਾਂਦੇ ਦੇਖੀ ਗੱਡੀ ਪਾਰਕ ਕਰ ਦਿੱਤੀ ਆ ਤੇ ਹੁਣ ਆਪਾਂ ਚੱਲੀਏ, ਜਿਹੜਾ ਸਮਾਨ ਸਮੂਨ ਲੈਣੇ ਵਾਲਾ ਉਹ ਲੈ ਲਈਏ ਤੇ ਬਾਕੀ ਫਿਰ ਦੱਸ ਦਿਓ ਸਾਨੂੰ ਨਾਲ ਕੀ ਬਣਦਾ। ਅੱਜ ਗੱਡੀ ਮੂਹਰੇ ਲਾਤੀ ਇੱਧਰ, ਉਦੋਂ ਆਪਾਂ ਇੱਥੇ ਲਾਈ ਸੀਗੀ ਸਾਹਮਣੇ। ਚਲੋ ਸਹੀ ਆ ਕੁੜੀ ਦੀ ਡਰੈਸ ਹੀ ਚੇਂਜ ਹੋ ਗਈ ਓਏ, ਕਰੋ ਕੋਟੀ ਪਾ ਕੇ ਆਈ ਬਸ ਠੰਡ ਹੋਣੀ ਆ ਤੇ ਇੱਥੇ ਗਰਮੀ ਬਹੁਤ ਲੱਗੀ, ਹੁਣ ਟੋਪ ਲੈ ਕੇ ਆਈ ਆ ਔਖਾ। ਚਲੋ ਹੁਣ ਦੇਖ ਲਈਏ, ਲਹਿੰਗੇ ਵਗੈਰਾ ਦੇਖਦੇ ਸੀ ਵਿੱਚ ਵਿੱਚ, ਇਹਨੂੰ ਫਿਰ ਘਬਰਾਹਟ ਹੋਣ ਲੱਗ ਗਈ, ਫਿਰ ਜਾ ਕੇ ਆਏ। ਚਲੋ ਚਲੋ ਰਾਤ ਦੇ 7 ਵੱਜ ਗਏ, ਅਸੀਂ ਅਜੇ ਤੱਕ ਲੁਧਿਆਣੇ ਘੁੰਮਦੇ ਹਾਂ, ਉੱਧਰ ਤਾਂ ਕੋਈ ਚੀਜ਼ ਪਸੰਦ ਨਹੀਂ ਆਈ ਕਿਰਨ ਨੂੰ ਅਤੇ ਹੁਣ ਅਸੀਂ ਇਹਨੂੰ ਲੈ ਕੇ ਆਏ ਹੋਰ ਪਾਸੇ। ਕਹਿੰਦੇ ਜਾਂਦੇ ਜਾਂਦੇ ਨੇ ਦੁਕਾਨ ਤੋਂ ਇੱਥੇ ਦੇਖ ਲਈ ਡਰੈਸ ਜੀ, ਹੁਣ ਉਹ ਦੇਖਣ ਲੱਗੇ ਹਾਂ ਕੀ ਚੀਜ਼। ਆ ਜਾਓ ਇੱਧਰ, ਗੱਡੀ ਪਾਰਕ ਲਾਏ ਗਏ ਸੀ ਕਿਉਂਕਿ ਉਹ ਸਤਸੰਗ 'ਚ ਨਿਕਲਦਾ ਉੱਧਰ, ਅਤੇ ਇੱਧਰ ਗੱਡੀ ਐਨ ਭਰ ਹੋਈ ਪਈ ਉੱਪਰ ਤੇ ਤੇ ਹਜੇ ਹੋਰ ਸਮਾਨ ਆਉਂਦੇ ਆ ਪਿੱਛੇ। ਕਹਿੰਦੇ ਚੰਗੀ ਸ਼ੋਪਿੰਗ ਕਰ ਦਿੱਤੀ ਅੱਜ, ਹੈ ਅੱਜ ਫੇਰ ਲੱਖ ਤੋਂ ਉੱਪਰ ਲਾਤਾ ਤੁਸੀਂ, ਤੁਹਾਨੂੰ ਇੰਨਾ ਪਤਾ ਇੰਨੇ ਲੱਖ ਲੱਗ ਜਾਂਦੇ, 3-4 ਲੱਖ ਤਾਂ ਤੁਸੀਂ ਇੱਥੇ ਲਾਤਾ, ਫੇਰ ਪਤਾ ਨਹੀਂ ਤੁਸੀਂ ਕੀ ਕਰਨਾ। ਚਲੋ ਟਾਈਮ 8:30 ਹੋ ਗਏ, ਹੁਣ ਅਸੀਂ ਰਾਹੋਂ ਆ ਗਏ। ਰਾਹੋਂ ਕਿੱਦਾਂ ਰਿਹਾ ਫਿਰ ਅੱਜ ਦਾ ਪਲਾਨ? ਬਹੁਤ ਜ਼ਿਆਦਾ ਕਹਿੰਦੇ ਜਿੰਨੇ ਅੱਜ ਕੱਪੜੇ ਲਏ, ਸਟਾਰਟਿੰਗ ਤਾਂ ਏਦਾਂ ਹੋਏ ਪਏ ਕੁਛ ਵੀ ਨਹੀਂ ਮਿਲਿਆ ਨਾ, ਐਂਡ ਵਿੱਚ ਤਾਂ ਬਈ ਦੁਕਾਨ ਇਹਨਾਂ ਨੂੰ ਏਦਾਂ ਹੀ ਲੱਭ ਗਈ ਜਿੱਦਾਂ ਖਜ਼ਾਨਾ ਲੱਭਿਆ ਹੁੰਦਾ। ਚਲੋ ਸਹੀ ਗੱਲ ਆ ਜੀ, ਕੀ ਹਾਲ ਚਾਲ ਆ ਪ੍ਰਧਾਨ ਨਾਲ ਚੱਲੇ ਆ, ਬਸ ਤੁਸੀਂ ਚੱਕ ਲਓ ਜੇ ਕੋਈ ਸਮਾਨ ਸਮੂਨ ਚੱਕਣਾ ਤਾਂ, ਉਹਨਾਂ ਨੂੰ ਕੱਢ ਕੇ ਲਿਆਓ ਫਿਰ ਆਪਾਂ ਟਾਈਮ ਨਾਲ ਜਾਵਾਂਗੇ। ਚਲੋ ਹਾਂਜੀ ਕੀ ਹਾਲ ਚਾਲ ਆ ਪ੍ਰਧਾਨ? ਤੇ ਲਓ ਜੀ ਆਪਾਂ ਚੱਲੇ ਹੈਗੇ ਅੱਜ ਅੰਗੇਜਮੈਂਟ ਦੀ ਜਵੈਲਰੀ ਜੁਵੈਲਰੀ ਦੇਖਣੀ ਆ ਤੇ ਹੋਰ ਸਮਾਨ ਦੇਖਣਾ, ਜਿਵੇਂ ਅੰਗੇਜਮੈਂਟ ਦੀ ਥਾਲੀ ਥੂਲੀ ਹੁੰਦੀ ਨਾ ਜਿਹਦੇ ਰਿੰਗਾਂ ਰੁੰਗਾਂ ਰੱਖ ਕੇ ਲਿਆਉਂਦੇ ਹੁੰਦੇ ਉਹ ਚੀਜ਼ਾਂ, ਅਤੇ ਉਹ ਚੀਜ਼ਾਂ ਦੇਖਣ ਚੱਲੇ ਹੈਗੇ ਆਪਾਂ ਬਲਾਚੌਰ। ਅਤੇ ਮੈਂ ਕਹਿਰਨ ਦੀਦੀ ਅੱਜ, ਮੰਮੀ ਕਹਿੰਦੇ ਮੈਂ ਜਾਣਾ ਨਹੀਂ, ਕਹਿੰਦੇ ਫਿਰ ਟਾਈਮ ਬਹੁਤ ਹੋ ਜਾਂਦਾ, ਇੱਕ ਮੰਮੀ ਨੇ ਗੁਰਦੁਆਰਾ ਸਾਹਿਬ ਜਾਣਾ ਹਜੇ ਤਾਂ ਕਰਕੇ। ਹੋਰ ਜਾਣਾ ਕਿਸੇ ਨੇ ਕਿ ਆਪਾਂ ਹੀ 3 ਜਾਣੇ? ਓਹੋ ਉੱਦਾਂ ਕਿਹਾ ਸੀਗਾ, ਮੰਨ ਲਓ ਤੁਸੀਂ, ਮੈਂ ਪਤਾ ਕਾਹਦੇ ਕਿਹਾ, ਉਹ ਸਮਝਣ ਵਾਲੇ ਸਮਝ ਕੇ ਆਉਣੇ ਆ। ਹੁਣ ਦੇਖੋ ਜਾਣਾ ਆਪਾਂ ਬਲਾਚੌਰ ਨੂੰ ਇੱਧਰ ਨੂੰ ਸੀਗਾ, ਪਰ ਇਹਨਾਂ ਦੀ ਇੰਨੀਆਂ ਡਿਮਾਂਡਾਂ, ਪਰੀ ਚਲੋ ਪਰੀ ਆ ਹੈ ਤਾਂ ਸਕੂਟਰੀ ਵਾਲੀ ਪਰੀ। ਚਲੋ ਤੇ ਪਹਿਲਾਂ ਆਪਾਂ ਚੱਲੇ ਹੈਗੇ ਆ ਉੱਧਰ ਨੂੰ ਬਲਾਚੌਰ ਨੂੰ, ਤੇ ਫਿਰ ਕਰਦੇ ਹਾਂ ਅੱਗੇ ਕੰਟੀਨਿਊ ਵਲੌਗ ਹੈ। ਉਹਦੇ ਕਹਿੰਦੇ ਅੰਗੇਜਮੈਂਟ ਹਾਲ ਆਏ ਹੋਏ ਆ ਮੇਰੇ ਵੀਰੇ, ਉਹ ਅੰਗੇਜਮੈਂਟ ਹਾਲ ਕਿੱਦਾਂ ਵੀ ਆ ਗਿਆ ਪਸੰਦ? ਲਓ ਤੇ ਆਹ ਕਹਿੰਦੇ ਕੀਤਾ ਡੈਕੋਰੇਸ਼ਨ ਸਾਰਾ ਕੁਛ, ਕੋਈ ਮਿਲਣਾ ਡੈਕੋਰੇਸ਼ਨ ਚੇਂਜ ਵੀ ਕਰਨੀ ਆਪਾਂ, ਅਤੇ ਬਾਕੀ ਆਪਾਂ ਦੇਖਦੇ ਹਾਂ ਕੀ ਬਣਦਾ। ਅਤੇ ਅੰਗੇਜਮੈਂਟ ਦੀਆਂ ਪੂਰੀਆਂ ਤਿਆਰੀਆਂ ਆ, ਅਤੇ ਆਹ ਦੇਖੋ ਇੱਧਰ ਹਾਲ, ਅਤੇ ਆਪਣੀ ਅੰਗੇਜਮੈਂਟ ਹੈਗੀ ਕਿੱਥੇ ਆ ਉਹ ਤੁਹਾਨੂੰ ਮੈਂ ਬਾਹਰ ਜਾ ਕੇ ਦਿਖਾਉਣਾ, ਕਿਉਂਕਿ ਸਾਨੂੰ ਆਪਾਂ ਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੋਟਲੇ ਵਾਲਾ, ਤੁਸੀਂ ਪਹਿਲਾਂ ਵੀ ਦੇਖਣਾ, ਆਪਾਂ ਇੱਥੇ ਮੰਮੀ ਡੈਡੀ ਦੀ ਰਿਸੈਪਸ਼ਨ ਪਾਰਟੀ ਕੀਤੀ ਸੀਗੀ।
ਚਲੋ ਸਹੀ ਆ, ਚਲੀਏ ਬਾਕੀ ਗੱਲਬਾਤ ਹੋ ਗਈ ਆ ਸਾਰੀ ਤੇ ਫਿਰ ਦੇਖਦੇ ਹਾਂ ਆਪਣਾ ਲਓ। ਤੇ ਹੁਣ ਆਪਾਂ ਚੱਲੇ ਹੈਗੇ ਹਾਂ ਕਿਰਨ ਕੇ ਪਿੰਡ, ਟਾਈਮ 4 ਵੱਜ ਗਏ। ਕੱਲ੍ਹ ਜਾਣਾ ਸੀ ਵੈਸੇ, ਕੱਲ੍ਹ ਕਿਰਨ ਦੀ ਭਾਬੀ ਦਾ ਸੀਗਾ ਬਰਥਡੇ, ਸੋ ਉਹਦੇ ਕਰਕੇ ਕੱਲ੍ਹ ਸਾਡੇ ਤੋਂ ਜਾ ਨਹੀਂ ਹੋਇਆ। ਸ਼ਹੀਦੀ ਦਿਨ ਵੀ ਚੱਲਦੇ ਪਏ ਅਤੇ ਇੱਕ ਆਪਾਂ ਬਿਜ਼ੀ ਸੀਗੇ ਬਹੁਤ, ਠੀਕ ਹੈ। ਅਤੇ ਅੱਜ ਉਹ ਤੋਂ ਅਗਲੇ ਦਿਨ ਆਪਾਂ ਚੱਲੇ ਹੈਗੇ ਹਾਂ, ਅਤੇ ਅੱਜ ਆਪਾਂ ਚੱਲੇ ਹੈਗੇ ਹਾਂ ਕਿਰਨ ਕੇ ਪਿੰਡ, ਉੱਥੇ ਜਾ ਕੇ ਬਰਥਡੇ ਸੈਲੀਬ੍ਰੇਟ ਕਰਕੇ ਆਉਂਦੇ ਹਾਂ। ਵੈਸੇ ਵੀ ਸਾਰਿਆਂ ਨੇ ਕੱਲ੍ਹ ਕਰ ਲਿਆ ਸੀ ਪਰ ਅਸੀਂ ਰਹਿ ਗਏ ਸੀਗੇ। ਚਲੋ ਆਉਣ ਆਏ ਆਪਾਂ ਕੇਕ ਲੈਣ, ਅਤੇ ਕੇਕ ਲੈਣ ਆਏ ਹਾਂ, ਕੇਕ ਲੈਣ ਆਏ ਹਾਂ। ਹੁਣ ਦੇਖ ਲੈ ਕਿਹੜਾ ਕੇਕ ਲੱਗਿਆ ਨੇ, ਗੱਬੇ ਵਾਲਾ ਤੇ ਉਹ ਤੀਜੇ ਨੰਬਰ ਵਾਲਾ, ਆਹ ਵਧੀਆ ਇਹ ਲੈ ਲਾ। ਤੂੰ ਦੱਸ ਬਾਕੀ, ਤੈਨੂੰ ਜਿਹਦਾ ਚੁਆਇਸ ਆ ਤੇਰੀ ਚੁਆਇਸ ਹੀ ਮੰਨਣੀ ਆ ਆਪਾਂ। ਕੱਢ ਦੋ, ਕੱਢਾ ਲਓ, ਕੱਢੀ ਬਈ ਸ਼ੇਰਾ ਕੇਕ ਲੈ ਕੇ, ਅਤੇ ਫਿਰ ਆਪਾਂ ਸਿੱਧੇ ਚੱਲ ਜਾਣਾ, ਅਤੇ ਮੁੜ ਕੇ ਫਿਰ ਜੋ ਖਾਣਾ ਪੀਣਾ ਆ ਉਹ ਫਿਰ ਸ਼ਹਿਰ ਆਵਾਂਗੇ ਦੁਬਾਰਾ ਮੇਰੇ ਹਿਸਾਬ ਨਾਲ। ਬਾਕੀ ਅਜੇ ਕੁਛ ਨਹੀਂ ਪਤਾ ਕੀ ਬਣਦਾ, ਦੇਖ ਲਾ। ਲੋੜ ਨਹੀਂ ਕਹਿੰਦੇ ਰਹਿਣ ਦੇ, ਇਹ ਖਾਣ ਨਹੀਂ ਹੁੰਦਾ, ਚੋਕਲੇਟ ਰਹਿਣ ਦੇ ਮੇਰਾ ਭਰਾ। ਹਾਂਜੀ ਬਰਥਡੇ ਆ ਜੀ, ਕੀ ਲਿਖਣਾ, ਲਿਖ ਦਿਓ ਕੀ ਲਿਖਣਾ ਹੈ। ਕੁਕੂ ਲਿਖ ਦਿਓ, ਕੇਯੂ ਕੇਯੂ ਨਾਂ ਦੇ ਕਿੱਦਾਂ ਦੇ ਰੱਖਿਓ ਆ ਕੁਕੂ। ਹਾਂ ਕੁਕੂ, ਮੈਂ ਉਹ ਕੁਕੂ, ਮੈਂ ਕੁਕੜੀ। ਤੂੰ ਕੁਕੜੀ ਆ, ਆਵੇ ਕਹੀ ਨਹੀਂ ਆਪਣਿਆਂ ਨੂੰ, ਨਹੀਂ ਉਹ ਕਹਿੰਦੇ। ਤੂੰ ਤਾਂ ਕੀੜੀ ਆ, ਮੈਂ ਕੀੜੀ ਆ, ਉਧਰ ਰੱਖਿਆ ਮੈਂ ਔਖਾ। ਚਲੋ ਉਹਨਾਂ ਤੋਂ ਕੇਕ ਲੈ ਕੇ ਫਿਰ ਚੱਲੀਏ। ਹੁਣ ਅਸੀਂ ਚੱਕ ਕੇ ਆਏ ਰਸਤੇ 'ਚੋਂ, ਫਿਰ ਇੱਕ ਡੋਗ ਕਿਸੇ ਦੇ ਮਾਰਿਆ ਸੀ ਛੋਟਾ ਜਿਹਾ, ਹੌਲੀ ਆਇਆ ਕਰੋ ਭਾਈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ। ਅਤੇ ਲਓ ਜੀ ਆਹ ਵਾਲਾ ਵਲੋਗ ਆਪਾਂ ਇੱਥੇ ਐਂਡ ਕਰਨ ਲੱਗੇ ਹਾਂ। ਇਹ ਵਲੋਗ ਸੀਗਾ ਜਿੱਦਾਂ ਜਿੱਦਾਂ ਆਪਾਂ ਥੋੜ੍ਹੇ ਦਿਨ ਜਿੱਦਾਂ ਕੋਈ ਕੰਮ ਕੀਤਾ ਵਿੱਚ, ਉਹ ਵਾਲੇ ਦਿਨਾਂ ਦਾ ਵਲੋਗ ਸੀ। ਵੈਸੇ ਆਪਾਂ ਸ਼ਹੀਦੀ ਦਿਨ ਕਰਕੇ ਵਲੋਗ ਨਹੀਂ ਅਪਲੋਡ ਕਰ ਰਹੇ ਸੀਗੇ, ਕਾਫੀ ਜਣਿਆਂ ਦੇ ਕਮੈਂਟ ਆ ਰਹੇ ਸੀ ਡੇਲੀ ਵੀ ਤੁਸੀਂ ਠੀਕ ਹਾਂ, ਸਾਨੂੰ ਇਨਬੋਕਸ ਮੈਸੇਜ ਬਹੁਤ ਆਏ ਇੰਸਟਾਗ੍ਰਾਮ 'ਤੇ ਬਹੁਤ ਆਏ, ਅਤੇ ਬਾਕੀ ਜੇ ਕੋਈ ਮਿਲਦਾ ਵੀ ਸੀ ਤਾਂ ਉਹਨੂੰ ਲੱਗਦਾ ਸੀ ਵੀ ਕੋਈ ਪ੍ਰੋਬਲਮ ਹੋ ਗਈ ਆ ਜਾਂ ਕੁਛ ਵੀ ਆ। ਸੋ ਤੁਹਾਨੂੰ ਪਤਾ ਹੋਣਾ ਵੀ ਅੱਗੇ ਆਪਾਂ ਵਲੋਗ ਜੇ ਪਾਉਂਦੇ ਹੁੰਦੇ ਸ਼ਹੀਦੀ ਦਿਨਾਂ 'ਚ ਤਾਂ ਆਪਾਂ ਪਾਉਂਦੇ ਹੁੰਦੇ ਸੀ ਹਮੇਸ਼ਾ ਕੋਈ ਯਾਤਰਾ ਕਰਨ ਗਏ, ਪਿਛਲੀ ਤੋਂ ਪਿਛਲੀ ਵਾਰੀ ਹੇਮਕੁੰਡ ਸਾਹਿਬ ਗਏ ਸੀ ਆਪਾਂ, ਅਤੇ ਪਿਛਲੀ ਵਾਰ ਆਪਾਂ ਹਜੂਰ ਸਾਹਿਬ ਗਏ ਸੀਗੇ ਸ਼੍ਰੀ ਦਿਨਾਂ ਦੇ ਵਿੱਚ। ਸੋ ਆਪਣਾ ਇੱਕ ਮੋਟਿਵ ਜਿਹਾ ਹੁੰਦਾ ਸੀ ਵੀ ਆਪਾਂ ਇਹ ਦਿਨ ਹੈ ਨਾ ਗੁਰਦੁਆਰਾ ਸਾਹਿਬ ਹੀ ਸਪੈਂਡ ਕਰੀਏ ਅਤੇ ਤੁਹਾਨੂੰ ਸਾਰਿਆਂ ਨੂੰ ਜਿਹੜੀ ਚੀਜ਼ਾਂ ਆ ਉਹ ਦਿਖਾ ਲਈਏ, ਠੀਕ ਆ, ਵੀ ਆਪਣੇ ਸਿੱਖ ਇਤਿਹਾਸ ਬਾਰੇ ਦੱਸੀਏ, ਠੀਕ ਆ। ਸੋ ਇਸ ਵਾਰੀ ਇੱਦਾਂ ਸੀ ਵੀ ਇੱਕ ਮੈਰਿਜ ਕਰਕੇ ਥੋੜ੍ਹਾ ਜਿਹਾ ਆਪਾਂ ਬਿਜ਼ੀ ਸੀਗੇ ਵਿੱਚ, ਕੰਮ ਵੀ ਛੋਟੇ ਮੋਟੇ ਹੋਣ ਦੇ, ਦੋ ਚਾਰ ਕੰਮ ਜਿਹੜੇ ਸੀਗੇ ਉਹਨਾਂ ਦਾ ਵਲੋਗ ਬਣਾ ਹੋ ਗਿਆ ਸੀਗਾ, ਕਲਿੱਪਾਂ ਛੋਟੀਆਂ ਛੋਟੀਆਂ ਲੈ ਹੋ ਗਈਆਂ, ਮਤਲਬ ਜਿੱਦਾਂ ਰੱਖ ਲਓ ਜੇ ਛੋਟਾ ਜਿਹਾ ਇੱਕ ਦਿਹਾੜੀ 'ਚ ਕੰਮ ਕਰਨ ਲੱਗੇ ਤਾਂ ਉਹ ਵਾਲੇ ਵਲੋਗ ਦੀ ਕਲਿੱਪ ਲੈ ਲਈ ਸੀ। ਮੈਨੂੰ ਲੱਗਦਾ ਆਪਾਂ ਲਾਸਟ ਵਲੋਗ 23 ਤਰੀਕ ਨੂੰ ਪਾਇਆ ਸੀਗਾ, ਨਹੀਂ 22 ਨੂੰ ਪਾਇਆ ਸੀਗਾ। ਸੋ ਉਸ ਤੋਂ ਬਾਅਦ ਵਿੱਚ ਹੁਣ ਅੱਜ ਪਾਵਾਂਗੇ 29 ਤਰੀਕ ਨੂੰ ਵਲੋਗ, ਠੀਕ ਆ, ਅਤੇ ਇਹ ਵਾਲਾ ਵਲੋਗ ਹੁਣ ਤੁਹਾਨੂੰ ਮਿਲੂਗਾ, ਅਤੇ ਇਹਦੇ ਵਿੱਚ ਤੁਹਾਨੂੰ ਦੱਸਣਾ ਸੀਗਾ ਵੀ ਆਪਾਂ ਬਿਲਕੁਲ ਠੀਕ ਠਾਕ ਹਾਂ, ਸਾਰਾ ਕੁਛ ਵਧੀਆ ਹੈ, ਅਤੇ ਕੰਮ ਜਿਹੜੇ ਆਪਣੇ ਚੱਲਦੇ ਪਏ ਵਿਆਹ ਦੇ ਸਾਰੇ, ਠੀਕ ਆ। ਸੋ ਆਪਾਂ ਸ਼ਹੀਦੀ ਦਿਨ ਕਰਕੇ ਵਲੋਗ ਨਹੀਂ ਅਪਲੋਡ ਕਰ ਰਹੇ ਸੀਗੇ, ਠੀਕ ਆ ਜੀ। ਅਤੇ ਬਾਕੀ ਹੁਣ ਆਹ ਵਾਲਾ ਵਲੋਗ ਆਪਾਂ ਇੱਥੇ ਐਂਡ ਕਰਦੇ ਹਾਂ, ਅਤੇ ਨੈਕਸਟ ਵਲੋਗ ਤੁਹਾਨੂੰ ਮਿਲਦੇ ਹਾਂ, ਠੀਕ ਆ ਜੀ। ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ, ਅਤੇ ਚੰਗਾ ਜੀ, ਬਾਏ ਬਾਏ।